ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। तो बहुत बहुत धन्यवाद किदर साहब, ਤੁਹਾਡਾ ਸਵਾਗਤ ਹੈ ਅੱਜ ਦੀ ਇਸ ਸਵੇਰ ਦੀ ਮਹਿਫਲ ਦੇ ਵਿੱਚ। ਆਓ ਫਿਰ ਥੋੜੀ ਜਿਹੀ ਗੱਲਾਂ ਬਾਤਾਂ ਕਰੀਏ ਪੰਜਾਬ ਦੀਆਂ। ਤੇ ਅੱਜ ਸੰਤ ਰਾਮ ਉਦਾਸੀ ਜੀ ਦਾ ਜਨਮ ਦਿਨ ਹੈ ਜੀ, ਤੇ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਹੈ, ਵਧਾਈਆਂ ਵੀ ਦਿੱਤੀਆਂ ਨੇ ਜੀ। ਮਗਦਾ ਰਹੀ ਵੇ ਸੂਰਜਾ ਕੰਮ ਆਏ ਹਾਏ ਹਾਏ ਹਾਨੀ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਮਾਂ ਧਰਤੀ ਤੇਰੀ ਗੋਦ ਨੂੰ ਸੰਨ ਹੋਰ ਬਥੇਰੇ, ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ। ਤੁਹਾਡੇ ਦਾ ਫੇਵਰਿਟ ਨੇ ਨਾ, ਤੁਹਾਡੀ ਦਾ ਰਿੰਗਟੋਨ ਵੀ ਇਹੀ ਆ। शायर ਕਿਰਤੀ ਬੰਦਾ ਨੇ ਸ਼ਾਇਰ ਜਿਹੜੇ ਕਿਰਤ ਕਰਕੇ ਖਾਂਦੇ ਹੈਗੇ ਆ, ਤੇ ਉਹ ਹੁਣ ਗੁਰੂ ਗੋਬਿੰਦ ਸਿੰਘ ਬਾਰੇ ਬੜਾ ਕਮਾਲ ਲਿਖਿਆ ਉਹਨਾਂ ਨੇ ਜੀ, ਤੇ ਬੜਾ ਕਮਾਲ ਦੀ ਗੱਲ ਲਿਖੀ ਆ। ਕਹਿੰਦਾ ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਤੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਕਿਆ ਬਾਤ ਹੈ, ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀਨਾ ਕਿਲੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਵਾਂਗੇ। ਕਿਆ ਬਾਤ ਹੈ, ਮਾਛੀ ਬਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਸੋਨਾ ਦਿੱਤਾ ਤੈਨੂੰ ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈ ਪੀਰ ਉੱਚਦਾ ਹੀ ਬਣਨਾ ਪੈ ਸਕਦਾ, ਖੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ। ਕਿਆ ਬਾਤ ਹੈ, ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਗੁੱਠਾ ਲਾਇਆ ਨੀ ਜਿਨ੍ਹਾਂ ਬੇਦਾਵਿਆਂ ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ, ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈ ਜੇਕਰ ਅੱਗ ਤੇ ਚੜੇ ਤਾਂ ਚੜ੍ਹਨ ਦੇਵੀ, ਸਾਡੀ ਮੜੀ ਤੇ ਉੱਗੇ ਹੋਏ ਘਾਹ ਅੰਦਰ ਥਾਰ ਸਿੰਘਾਂ ਦੀ ਬਣੇ ਤਾਂ ਬਣ ਦੇਈ, ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜਿਹੀ ਜ਼ਹਿਰ ਨਾ ਪੀ ਸਕਦੇ, ਨੱਕ ਮਾਰ ਕੇ ਡੰਗਰ ਵੀ ਜਿਉਣ ਜਿਹਨੂੰ ਅਸੀਂ ਜੂਨ ਅਜਿਹੀ ਨਾ ਜੀ ਸਕਦੇ। ਕਿਆ ਬਾਤ, ਕਿਆ ਬਾਤ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਤੀ ਉਹਨਾਂ ਨੇ ਕਿਆ ਬਾਤ ਹੈ, ਬਹੁਤ ਸੋਹਣੀ, ਬਹੁਤ ਖੂਬ, ਬਹੁਤ ਖੂਬ, ਖੂਬ ਲਿਖਿਆ ਹੋਇਆ, ਬਹੁਤ ਕਮਾਲ ਲਿਖਿਆ ਜੀ। ਤੇ ਬਹੁਤ ਸਾਰੇ ਗੀਤ ਨੇ ਅਸਲ ਚ ਕਿਰਤੀਆਂ ਦੇ ਬਾਰੇ ਚ ਸੀਗੇ, ਤੇ ਇਹਨਾਂ ਨੂੰ ਬੜਾ ਟਾਰਗੇਟ ਕੀਤਾ ਗਿਆ ਸੀ ਪੁਲਿਸ ਵੱਲੋਂ, ਨਕਸਲਾਈਟ ਮੂਵਮੈਂਟ ਦੇ ਵਿੱਚ ਆ ਗਏ ਸੀਗੇ, ਤੇ ਪਰ ਇਹਨਾਂ ਨੂੰ ਬੜਾ ਵੱਡਾ ਮਾਣ ਹੈ ਕਿ ਅੱਜ ਵੀ ਅਸਲ ਚ ਨਾ ਇਹਨਾਂ ਦੇ ਗੀਤ ਜਿਹੜੇ ਹੈਗੇ ਨਾ, ਖਾਸ ਕਰਕੇ ਮਗਧਾ ਰਹੀ ਵੇ ਸੂਰਜਾ ਕੰਮੀਆਂ ਦੇ, ਇਹਦਾ ਬਹੁਤ ਜ਼ਿਆਦਾ ਗਾਇਆ NSS ਦੇ ਕੰਮ NSC ਦੇ ਕੈਂਪਾਂ ਦੇ ਵਿੱਚ, ਬੜਾ ਵਿਦਿਆਰਥੀਆਂ ਨੇ ਯੂਨੀਵਰਸਿਟੀਆਂ ਵਿੱਚ ਕਾਲਜਾਂ ਵਿੱਚ ਬੜਾ ਗਾਇਆ ਜੀ, ਬਹੁਤ ਲੋਕ ਆਉਂਦੇ ਸੀਗੇ ਇਹਨਾਂ ਦੀਆਂ। ਸਾਡੇ ਨਾਲ ਕਾਲਰ ਨੇ ਜੀ, ਪਹਿਲਾਂ ਆਪਾਂ ਲੈ ਲਈਏ ਫਰਸਟ ਕਾਲ ਆਉਂਦੀ ਹੈ। ਸਤਿ ਸ੍ਰੀ ਅਕਾਲ ਕਾਲਰ। ਹਾਂਜੀ ਕਿਤਾ ਸਾਹਿਬ, ਤੁਹਾਨੂੰ ਸਤਿ ਸ੍ਰੀ ਅਕਾਲ ਦੀਪਾ ਜੀ, ਤੁਹਾਨੂੰ ਗੁੱਡ ਮਾਰਨਿੰਗ। ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ। ਕਿਤਾ ਸਾਹਿਬ 93 ਪਾਰਟੀ ਦੇ ਬੰਦੇ ਦਿੱਤੇ ਨੇ, ਤਾਂ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਇਸ ਵੇਲੇ ਕੁਛ ਵੀ ਨਹੀਂ ਬੋਲ ਰਿਹਾ ਭਗਵੰਤ ਮਾਨ ਦੇ ਸਰਕਾਰ ਦਾ ਕੀ ਚੱਲ ਰਿਹਾ ਕੀ ਨਹੀਂ, ਇਹ ਉਹ ਤਾਂ ਨਹੀਂ ਕਿ ਮਤਲਬ ਜਿਹੜੀ ਚੁੱਪੀ ਆ ਕਿ ਮਤਲਬ ਇਹ ਬਾਅਦ ਵਿੱਚ ਬਹੁਤ ਵੱਡਾ ਇੱਕ ਧਮਾਕਾ ਪੈਦਾ ਕਰੂ, ਇੱਕ ਇਹਦੇ ਬਾਰੇ ਦੱਸਿਓ। ਦੂਜਾ ਜਿਹੜਾ ਇਸ ਵੇਲੇ ਬਿਜਲੀ ਦਾ ਆ, ਕਦੀ ਕਿਸੇ ਦਾ ਅਸੀਂ ਹਜੇ ਇਹਨੂੰ ਯੂਨਿਟ ਨਹੀਂ ਦੇਣੀ, ਇੰਨੀ ਯੂਨਿਟ ਵੱਧ ਗਈ, ਇਹਨੂੰ ਇੰਨੇ ਪੈਸੇ ਦੇਣੇ ਪੈਣਾ, ਇਹਨੂੰ ਇਹ ਮਤਲਬ ਇਹ ਚੱਲ ਕੀ ਰਿਹਾ ਜੀ ਕਿੱਦਾਂ ਸਾਹਿਬ, ਇਹ ਮੈਨੂੰ ਦੱਸ ਸਕਦੇ ਆ ਕਿ ਮਤਲਬ ਭਗਵੰਤ ਮਾਨ ਸਰਕਾਰ ਕਹਿ ਕੇ ਕੁਛ ਆਈ ਸੀਗੀ, ਹੁਣ ਕਰ ਕੁਛ ਰਹੀ ਆ, ਤੇ ਕੋਈ ਸਮਝ ਨੀ ਲੱਗਦੀ ਪਈ, ਇਹ ਆਪਣੇ ਆਪਸ ਦੇ ਵਿੱਚ ਹੀ ਘੁੜੀ ਫਿਰੀ ਜਾ ਰਹੇ, ਇਹਦੇ ਬਾਰੇ ਦੱਸੀ ਜੀ। ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਪਹਿਲਾ ਸਵਾਲ ਕਿਹੜਾ ਸੀਗਾ ਤੁਹਾਡਾ, SYL ਬਾਰੇ ਸੀ ਨਾ, SYL ਬਾਰੇ? ਨਹੀਂ ਜੀ, ਆ ਜਿਹੜਾ ਬਿਜਲੀ ਦਾ ਆ, ਬਿਜਲੀ ਦਾ ਜੋ ਕੁਝ ਹੋ ਰਿਹਾ ਆ, ਇਹ ਦੂਜਾ ਸਵਾਲ ਸੀ ਵੀਰੇ। ਪਹਿਲਾ ਸਵਾਲ ਤੁਹਾਡਾ ਕੀ ਸੀ ਕਿ ਭਗਵੰਤ ਮਾਨ ਦੀ ਪਾਰਟੀ ਕਿਉਂ ਚੁੱਪ ਆ? ਹਾਂਜੀ ਕਿਉਂ ਚੁੱਪ ਆ, ਮਤਲਬ ਕਿਉਂ ਚੁੱਪ ਆ, ਇੰਨਾ ਕੁਛ ਮਤਲਬ ਵਿਰੋਧੀ ਧਿਰ ਵੀ ਬੋਲ ਰਹੀ ਆ, ਤੇ ਆਪਣੇ ਇੱਕ ਜਿਹੜੇ ਆਨੰਦਪੁਰ ਸਾਹਿਬ ਤੋਂ ਸੀਗੇ ਕੀ ਆ ਜਿਹੜੇ ਪਾਵਾ ਚੱਕੀ ਫਿਰਦੇ ਸੀਗੇ, ਉਹ ਤਾਂ ਹੁਣ ਪਾਵਾ BJP ਚ ਪਾ ਕੇ ਘੁੰਮਣ ਦੇ ਆ, ਉਹ ਇਸ ਵੇਲੇ ਬਹੁਤ ਕੁਛ ਬੋਲ ਰਹੇ ਆ। ਤੇ SYL ਦੇ ਮੁੱਦੇ ਦੀ ਗੱਲ ਕਰ ਰਹੇ ਹੋ, ਕਿਹੜਾ ਮੁੱਦੇ ਗੱਲ ਕਰ ਰਹੇ ਹੋ? ਸ਼੍ਰੋਮਣੀ ਅਕਾਲੀ ਦਲ ਦੇ ਸੁਖਦੀਪ ਸਿੰਘ ਬਾਦਲ ਨੂੰ ਪੁੱਛਿਆ ਸੀ ਮੈਂ, 7-8 ਦਿਨ ਹੋ ਗਏ ਪਟਿਆਲਾ ਆਏ ਸੀਗੇ, ਮਾਂ ਜੀ ਤੁਸੀਂ ਸਰਕਾਰ ਦੀਆਂ ਸਰਗਰਮੀਆਂ ਤੇ ਕੀ ਨਜ਼ਰ ਰੱਖ ਰਹੇ ਹੋ, ਤੁਸੀਂ ਕਿਹੋ ਜਿਹਾ ਕੰਮ ਕਰ ਰਹੇ ਹੋ? ਉਹ ਕਹਿੰਦਾ ਵੀ ਸਾਡੇ 6 ਮਹੀਨੇ ਅਸੀਂ ਚੁੱਪ ਰਹਿਣਾ, ਅਸੀਂ 6 ਮਹੀਨੇ ਬੋਲਣਾ ਨੀਗਾ,
ਇਹਨੂੰ ਕੰਮ ਕਰਨ ਦੋ ਜੇ, ਕਿਉਂਕਿ ਲੋਕਾਂ ਨੇ ਸੁਣਨੀ ਵੀ ਨੀ ਸਾਡੀ। ਇਸ ਕਰਕੇ ਆਮ ਆਦਮੀ ਪਾਰਟੀ ਦੇ 92 ਬਲਕਿ ਜਿਹੜੇ ਮੈਂਬਰ ਜਿੱਤੇ ਹੈਗੇ ਆ ਜੀ ਗਏ ਨੇ, ਉਹਨਾਂ ਦੇ ਸੰਦਰਭ ਵਿੱਚ ਸਾਰੇ ਹੀ ਅਜੇ ਆਪੋ ਆਪਣੇ ਤਰੀਕੇ ਨਾਲ ਮਹਿਸੂਸ ਕਰ ਰਹੇ ਕਿਸੇ MLA ਬਣ ਚੁੱਕੇ ਆ। ਬਲਕਿ MLA ਇਹੋ ਜਿਹੇ ਬਣੇ ਨੇ ਜਿਹੜੇ ਜਿਹੜੇ ਸੋਚਿਆ ਵੀ ਸੁਪਨਾ ਵੀ ਨਹੀਂ ਸੀ ਲਿਆ ਕਿਤੇ ਵੀ ਅਸੀਂ MLA ਬਣ ਸਕਦੇ ਹਾਂ, ਤੇ ਉਹ MLA ਬਣ ਕੇ ਵਿਚਾਰ ਹਲਦਾ ਫੋਨ ਹੀ ਸੁਣ ਤੋਂ ਥੱਕੇ ਪਏ ਨੇ, ਉਹ ਵੀ ਫੋਨ ਕਿਹੜਾ ਸੁਣੀਏ, ਫੋਨ ਬਦਲੀ ਫਿਰਦੇ ਆ। ਤੇ ਦੂਜੀ ਗੱਲ ਇਹ ਆ ਕਿ ਤੁਸੀਂ ਕਿਹਾ ਕਿ ਯੂਨਿਟ ਬਿਜਲੀਆਂ ਦੀ ਯੂਨਿਟ ਹੈਗੀ ਆ, ਉਹ ਬਿਜਲੀਆਂ ਦੀ ਯੂਨਿਟ ਅਸਲ ਚ ਰਾਮ ਪਹਿਲਾਂ ਭਗਵੰਤ ਮਾਨ ਨੇ ਕਹਿਤਾ ਸੀਗਾ ਕਿ ਸ਼ਡਿਊਲਡ ਕਾਸਟ ਦੀ ਜਿਹੜੀ ਬਿਜਲੀ ਹੈਗੀ ਆ ਉਹ ਸਾਰਿਆਂ ਨੂੰ ਅਸੀਂ 600 ਯੂਨਿਟ ਫ੍ਰੀ ਦੇਵਾਂਗੇ, ਵੱਧ ਫੂਕਦੇ ਆ ਤਾਂ ਉਹਨਾਂ ਨੂੰ ਬਿੱਲ, ਜੇ ਵਾਧੂ ਫੂਕਦੇ ਆ ਤਾਂ ਉਹਦਾ ਵਾਧੂ ਦਾ ਬਿੱਲ ਦੇਵਾਂਗੇ ਅਸੀਂ, 600 ਯੂਨਿਟ ਦਾ ਬਿੱਲ ਦੇਵਾਂਗੇ। ਤੇ ਜਨਰਲ ਕੈਟਾਗਰੀ ਨੇ ਬੜਾ ਵਿਰੋਧ ਕੀਤਾ ਸੀਗਾ, ਉਹ ਕਹਿੰਦੇ ਵੀ ਸਾਡੇ ਨਾਲ ਵਿਤਕਰਾ ਕਿਉਂ। ਫਿਰ ਬਿਜਲੀ ਮੰਤਰੀ ਦਾ ਫਿਰ ਆ ਗਿਆ ਬਿਆਨ, ਕਹਿੰਦੇ ਜੀ ਜਿਹੜੇ SC ਕੈਟਾਗਰੀ ਵਾਲੇ ਇੱਕ ਕਿਲੋ ਵਾਟ ਲੋਡ ਵਾਲੇ ਬੰਦੇ ਨੇ ਉਹਨਾਂ ਦੀ ਬਿਜਲੀ ਅਸੀਂ ਫ੍ਰੀ ਕਰਾਂਗੇ ਸਾਰੀ, ਤੇ ਬਾਕੀਆਂ ਨੂੰ ਜੇ 601 ਬਿੱਲ ਆਉਂਦਾ ਹੈ ਤਾਂ 601 ਬਿੱਲ ਲਵਾਂਗੇ। ਇਹ ਅਜੇ ਤੱਕ ਜਿਹੜੀ ਸਰਕਾਰ ਹੈਗੀ ਆ ਨਾ ਜੀ, ਉਹ ਵਿਰੋਧੀ ਇੱਥੇ ਕੰਮ ਕਰ ਰਹੇ ਨੇ ਜੀ, ਵੀ ਸਰਕਾਰ ਅਜੇ ਤੱਕ ਸਪਸ਼ਟ ਨਹੀਂ ਹੋ ਪਾ ਰਹੀ ਵੀ ਅਸੀਂ ਕੀ ਐਲਾਨ ਕਰਦੇ ਹਾਂ, ਸਾਡੇ ਕੀ ਕਿਹੋ ਜਿਹੇ ਐਲਾਨ ਹੈਗੇ ਨੇ। ਕਹਿੰਦੇ ਨਵੀਂ ਸਰਕਾਰ ਹੈਗੀ ਆ, ਕੁੱਝ ਉਹਨਾਂ ਨੂੰ ਪਤਾ ਵੀ ਨਹੀਂ ਲੱਗ ਪਾ ਰਿਹਾ ਵੀ ਸਾਨੂੰ ਕਰਨਾ ਕੀ ਚਾਹੀਦਾ। ਨਵਜੋਤ ਕਹਿੰਦਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਟੁਕੜੇ ਕਰ ਰਹੀ ਆ ਪੰਜਾਬੀਆਂ ਦੇ ਆਪਸ ਵਿੱਚ, ਵੰਡ ਰਹੀ ਆ ਉਹ, ਛਲ ਕਰ ਰਹੀ ਆ, ਇਹੋ ਜਿਹੇ ਬਿਆਨ ਦੱਸ ਰਹੇ ਨੇ ਲੋਕ ਜੀ। ਪਰ ਇੱਕ ਗੱਲ ਸਪਸ਼ਟ ਹੈ ਕਿ ਇਹ ਗੱਲ ਮੈਨੂੰ ਲੱਗਦੀ ਆ ਕਿ ਅਜੇ ਤੱਕ ਭਗਵੰਤ ਮਾਨ ਸਰਕਾਰ ਬਿਜਲੀ ਦੇ ਮੁੱਦੇ ਉੱਤੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਪਾਈ ਜੀ। ਸਤਿ ਸ੍ਰੀ ਅਕਾਲ ਅਕੀਦਰ ਸਾਹਿਬ, ਸਤਿ ਸ੍ਰੀ ਅਕਾਲ, ਮੈਂ ਮਨਜੀਤ ਬੋਲਦਾ ਸੀਗਾ ਜੀ। ਮਨਜੀਤ ਜੀ, ਸੰਤ ਰਵਦਾਸੀ ਦੀ ਕਵਿਤਾ ਚੋਣ ਨੇ ਕਵਿਤਾ ਜੀ, ਉਹਦੇ ਵਿੱਚ ਮਿਲ ਜਾਣ। ਬਾਕੀ ਤੁਹਾਨੂੰ ਨਾ ਜੇ ਤੁਸੀਂ ਆਨਲਾਈਨ ਪਾਓਗੇ ਸੰਤ ਰਵਦਾਸੀ ਦੀ ਕਵਿਤਾ, ਤੁਸੀਂ ਪੰਜਾਬੀ ਚ ਲਿਖ ਕੇ ਆਨਲਾਈਨ ਗੂਗਲ ਚ ਪਾ ਦੋ, ਤੁਹਾਨੂੰ ਸਾਰੀਆਂ ਕਵਿਤਾਵਾਂ ਨਜ਼ਰ ਆ ਜਾਣੀਆਂ ਸਾਹਮਣੇ ਸਾਰੀਆਂ ਕਵਿਤਾਵਾਂ। ਜੀ ਬਹੁਤ ਬਹੁਤ ਧੰਨਵਾਦ ਜੀ। 905-813-1320 ਬਿਜਲੀ ਦੀ ਗੱਲਬਾਤ ਕਰ ਰਹੇ ਹਾਂ, ਤੇ ਡਿਫਾਲਟਰਾਂ ਤੇ ਕਿਉਂ ਉਹਨਾਂ ਨੇ ਮੰਗਾਈ ਹੈ ਜੀ ਕਿ ਜਿਨ੍ਹਾਂ ਨੇ ਬਿਜਲੀ ਦੇ ਬਿੱਲ ਨਹੀਂ ਪੇ ਕੀਤੇ, ਡਿਫਾਲਟਰ ਜਿਹਨੂੰ ਕਹਿੰਦੇ ਆ, ਉਹਨਾਂ ਤੇ ਸਖ਼ਤ ਐਕਸ਼ਨ ਲਿੱਤਾ ਜਾਵੇਗਾ ਜੀ। ਕਹਿੰਦੇ 3 ਦਿਨ ਦੇ ਵਿੱਚ ਮੈਨੂੰ ਸਾਰੀ ਡਿਟੇਲ ਚਾਹੀਦੀ ਹੈ ਜੀ। ਬਿਜਲੀ ਮੰਤਰੀ ਸਖ਼ਤ ਹੋਏ ਲੱਗਦੇ ਨੇ ਜੀ, ਦੇਖੋ ਬਿਜਲੀ ਫ੍ਰੀ ਦੇ ਕੇ ਉਹ ਕਿੰਨਾ ਕੁਛ ਕਰੀ ਜਾਂਦੇ ਆ, ਬਿਜਲੀ ਫ੍ਰੀ ਕੇ ਭਰਾਓ ਇੱਧਰ ਵੀ ਆ ਜਾਓ, ਫਿਰ ਕੰਨ ਫੜਨਾ ਤੇ ਦੋਨੋਂ ਪਾਸੇ ਫੜੋ, ਫੜ ਲੈਣੇ ਪੈਸਾ ਫੜ ਲੈਣੇ। ਉਹਨਾਂ ਨੇ ਕਿਹਾ ਜਿਹੜੇ ਡਿਫਾਲਟਰ ਸਜਣਾ, ਜਦੋਂ ਚੰਨੀ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਨਾ ਬਿਜਲੀ ਦੇ ਜਿਹੜੇ ਕਿ ਪਹਿਲਾਂ ਲੋਕਾਂ ਨੇ ਬਿੱਲ ਨਹੀਂ ਭਰੇ ਹੈਗੇ, ਤੇ ਉਹਨਾਂ ਲੋਕਾਂ ਦੇ ਬਿੱਲ ਪੰਜਾਬ ਸਰਕਾਰ ਪੇ ਕਰੇਗੀ ਤੇ ਉਹ ਆਪਣੇ ਬਿੱਲ ਨਾ ਭਰਨ। ਬਹੁਤ ਸਾਰੇ ਲੋਕਾਂ ਨੇ ਬਿੱਲ ਨਹੀਂ ਭਰੇ, ਡਿਫਾਲਟਰ ਹੋ ਗਏ ਸੀਗੇ ਲੋਕ, ਤੇ ਅਸੀਂ ਮੀਡੀਆ ਵਿੱਚ ਵੀ ਗੱਲ ਇਹ ਬੜੀ ਚੱਕੀ ਗਈ ਸੀ ਵੀ ਯਾਰ ਜਿਹੜੇ ਲੋਕਾਂ ਨੇ ਬਿਜਲੀ ਦੇ ਬਿੱਲ ਭਰੇ ਆ, ਭਰਦੇ ਰਹੇ ਵਿਚਾਰੇ ਮਹੀਨੇ ਦਰ ਮਹੀਨੇ, ਜਦੋਂ ਬਿੱਲ ਆਉਂਦਾ ਫੱਟ ਦੇ ਕੇ ਭਰ ਦਿੰਦੇ ਆ ਬਿੱਲ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ? ਜਿਹੜੇ ਬੰਦੇ ਡਿਫਾਲਟਰ ਨੇ, ਚੋਰ ਨੇ, ਤੁਸੀਂ ਉਹਨਾਂ ਦੇ ਬਿੱਲ ਮਾਫ਼ ਕਰ ਰਹੇ ਹੋ? ਜਿਹੜੇ ਬੰਦੇ ਬਿੱਲ ਭਰ ਕੇ ਰਾਜੀ ਨਹੀਂ ਹੈਗੇ, ਜਿਹੜੇ ਬੰਦੇ ਚੋਰੀ ਕਰ ਰਹੇ ਆ ਸਰਕਾਰ ਦੀ, ਉਹਦਾ ਇੱਕ ਤਾਂ ਚੋਰ ਬੰਦੇ ਤੁਸੀਂ ਇਹਦਾ ਮਤਲਬ ਚੋਰੀ ਕਰਨ ਨੂੰ ਉਤਸ਼ਾਹਿਤ ਕਰ ਰਹੇ ਹੋ। ਜਿਹੜਾ ਬੰਦਾ ਚੋਰੀ ਕਰਦਾ ਬਿੱਲ ਨਹੀਂ ਭਰਨਾ ਚਾਹੁੰਦਾ, ਬਿੱਲ ਨਹੀਂ ਭਰ ਰਿਹਾ, ਤੁਸੀਂ ਉਹਦੀ ਬਿਜਲੀ ਮਾਫ਼ ਕਰਕੇ ਤੁਸੀਂ ਉਹਨਾਂ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹੋ ਜਿਹੜੇ ਲੋਕ ਬਿੱਲ ਨਹੀਂ ਭਰਦੇ। ਨਾ ਭਰੋ ਬਿੱਲ ਬਈ, ਬਿੱਲ ਤਾਂ ਮਾਫ਼ ਹੋ ਜਾਏਗਾ ਜੀ। ਜਿਹੜੇ ਬੰਦੇ ਵਿਚਾਰੇ ਭਰਦੇ ਆ, ਸਰੀਫ ਜਾਤੇ ਹੈਗੇ ਆ, ਉਹਨਾਂ ਨੂੰ ਤੁਸੀਂ ਡੀਗ੍ਰੇਡ ਕਰ ਰਹੇ ਹੋ ਵੀ ਯਾਰ ਅਸੀਂ ਬਿੱਲ ਭਰ ਕੇ ਕੀ ਖੱਟਿਆ ਜੀ। ਤਾਂ ਇਹ ਗੱਲ ਬੜੀ ਉੱਠੀ ਸੀ ਮੀਡੀਆ ਵਿੱਚ ਉਹਨਾਂ ਗੱਲਾਂ ਨੂੰ ਲੈ ਕੇ। ਹੁਣ ਜਿਹੜਾ ਪੰਜਾਬ ਸਰਕਾਰ ਹੁਣ ਥੋੜੀ ਜਿਹੀ ਸਖ਼ਤ ਹੋਈ ਹੈ ਕਿ ਜਿਹਨਾਂ ਬੰਦਿਆਂ ਨੇ ਬਿੱਲ ਨਹੀਂ ਭਰੇ ਬਿਜਲੀ ਦੇ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਏਗੀ। ਤੇ ਬਿਜਲੀ ਮੰਤਰੀ ਨੇ ਕਿਹਾ ਕਿ 3 ਦਿਨਾਂ ਦੇ ਵਿੱਚ ਬਿਜਲੀ ਵਿਭਾਗ ਨੂੰ ਕਿਹਾ ਨਾ 3 ਦਿਨਾਂ ਵਿੱਚ ਮੈਨੂੰ ਸਾਰੇ ਵੇਰਵੇ ਦਿਓ ਕਿੰਨੇ ਲੋਕਾਂ ਦੇ ਬਿਜਲੀ ਬਿੱਲ ਰਹਿੰਦੇ ਆ। ਦੱਸ ਦਈਏ ਅਰਜ਼ ਜੀ, ਜਿਹੜੀਆਂ ਸਰਕਾਰੀ ਮਹਿਕਮੇ ਆ ਨਾ ਜੀ, ਬਹੁਤ ਸਾਰੇ ਪੁਲਿਸ ਥਾਣੇ, ਬਹੁਤ ਸਾਰੇ PWD ਦਫ਼ਤਰ, ਬਹੁਤ ਸਾਰੇ ਜਿਹੜੇ ਦਫ਼ਤਰਾਂ ਦੇ ਵਿੱਚ ਅਜੇ ਜਿਹੜੇ ਬਿਜਲੀ ਵਰਤੀ ਜਾ ਰਹੀ ਆ, ਪਰ ਵੱਡੇ ਪੱਧਰ ਤੇ ਡਿਫਾਲਟਰ ਨੇ, ਮਤਲਬ ਕਿ 1000 ਕਰੋੜ ਰੁਪਇਆ ਉਹਨਾਂ ਦੇ ਖਾਤਿਆਂ ਵਿੱਚ ਡਿਫਾਲਟਿੰਗ ਦਾ ਪਿਆ, ਉਹ ਕੌਣ ਭਰੇਗਾ ਜੀ? ਦਾ ਸਾਹਿਬ ਥੋੜੀ ਜੀ ਡਿਟੇਲ ਦੇ ਵਿੱਚ ਦੱਸੋ ਕਿ ਇੱਕ ਬਿਆਨ ਆਇਆ ਹੈ ਜੀ ਮਨੀਸ਼ ਤਿਵਾੜੀ ਜੀ ਦਾ, ਜੋ ਕਿ MP ਨੇ, ਉਹਨਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਵਾਲ ਨੂੰ ਰਿਹਾ ਕਰ ਲੈਣਾ ਚਾਹੀਦਾ ਜੀ। ਹਾਂ, ਅਸਲ ਵਿੱਚ ਨਾ ਪਿੱਛੇ ਜੇ ਨਾ ਜਿੱਦਾਂ ਕਿ ਸੁਖਬੀਰ ਬਾਦਲ ਨੇ ਚਿੱਠੀ ਭੇਜੀ ਆ ਅਮਿਤ ਸ਼ਾਹ ਨੂੰ, ਗ੍ਰਹਿ ਮੰਤਰੀ ਨੂੰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਕਿ ਬਲਵੰਤ ਸਿੰਘ ਰਾਜੋਵਾਲਾ ਦੀ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਆ, ਇਸ ਕਰਕੇ ਉਹਨੂੰ ਰਿਹਾ ਕੀਤਾ ਜਾਵੇ। ਰਣਜੀਤ ਬਿੱਟੂ ਨੇ ਇਹ ਗੱਲ ਦੀ ਵਿਰੋਧਤਾ ਕੀਤੀ, ਚਿੱਠੀ ਭੇਜੀ ਆ ਉਹਨੇ
अमित शाह नूं गृह मंत्री नूं अरविंद बिट्टू जिहड़े मैंबर पार्लीमेंट हैगा जी कांग्रेस दे जी ते बेअंत सिंह दे पोतरे हैगे आ जी उह ते उहनां ने चिट्ठी भेजी फिर सुखबीर बादल दे दी चिट्ठी दे खिलाफ के इहनां नूं जे तुसीं रिहा करोगे ना ਤਾਂ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਹੈਗਾ ਤੇ ਉਹ ਸੰਦਰਭ ਦੇ ਵਿੱਚ ਐਮ ਪੀ ਨੇ ਮਨੀਸ਼ ਤਿਵਾੜੀ ਕਾਂਗਰਸ ਦੇ ਹੀ ਨੇ ਜੀ ਰਵਨੀਤ ਬਿੱਟੂ ਦੇ ਨਾਲ ਹਮੇਸ਼ਾ ਰਹਿੰਦੇ ਆ ਜੀ ਉਹ ਤੇ ਜਦੋਂ ਕਿਤੇ ਜਾਂਦੇ ਆ ਇਕੱਠੇ ਹੋ ਕੇ ਐਮ ਪੀ ਤਾਂ ਉਹਨੇ ਕਿਹਾ ਜੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਹੋ ਜਾਣੀ ਚਾਹੀਦੀ ਆ ਠੀਕ ਆ ਕਹਿੰਦਾ ਰਵਨੀਤ ਬਿੱਟੂ ਦਾ ਵੀ ਆਪਣਾ ਇੱਕ ਮੁੱਦਾ ਹੈਗਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਬੇਅੰਤ ਸਿੰਘ ਨੂੰ ਮਾਰਿਆ ਸੀਗਾ ਰਾਜੋਆਣਾ ਬੇਅੰਤ ਸਿੰਘ ਜਿਹੜਾ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਮਾਰਨ ਵਿੱਚ ਮੁੱਖ ਤੌਰ ਤੇ ਵਿੱਚ ਸ਼ਾਮਿਲ ਸੀਗੇ ਇਹ ਗੱਲ ਮੰਨਣ ਵਾਲੀ ਆ ਠੀਕ ਆ ਕਹਿੰਦੇ ਦੁੱਖ ਹੈਗਾ ਪਰ ਲੰਮਾ ਸਮਾਂ ਹੋ ਗਿਆ ਸਜ਼ਾ ਪੂਰੀ ਹੋ ਚੁੱਕੀ ਹੈ ਹੁਣ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਤੇ ਇਹ ਗੱਲ ਠੀਕ ਨਹੀਂ ਹੈਗੀ ਵੀ ਲੰਮਾ ਸਮਾਂ ਉੱਥੇ ਰਹੇ ਤੇ ਗੱਲ ਆਪਾਂ ਇਹ ਵੀ ਇੱਥੇ ਸਪਸ਼ਟ ਕਰ ਦਈਏ ਆਪਣਾ ਅਰਜ਼ੀ ਕਿ ਜਦੋਂ ਨਾ ਖੇਤੀ ਕਾਨੂੰਨ ਲਾਗੂ ਕੀਤੇ ਸੀਗੇ ਕੇਂਦਰ ਸਰਕਾਰ ਨੇ ਉਦੋਂ ਕਿਸਾਨ ਬਹੁਤ ਸਾਰੇ ਬਹਿ ਗਏ ਸੀਗੇ ਜੀ ਉੱਥੇ ਬਾਰਡਰਾਂ ਦੇ ਉੱਪਰ ਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਵੀ ਜਾ ਕੇ ਜੰਤਰ ਮੰਤਰ ਦੇ ਧਰਨ ਲਾ ਕੇ ਬੈਠੇ ਸੀ ਉਦੋਂ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਜੇਕਰ ਨਾ ਤੁਸੀਂ ਖੇਤੀ ਕਾਨੂੰਨ ਵਾਪਸ ਲੈ ਲਓ ਕੇਂਦਰ ਸਰਕਾਰ ਨੂੰ ਕਿਹਾ ਸੀ ਤਾਂ ਮੈਂ ਬਲਵੰਤ ਸਿੰਘ ਰਾਜੋਆਣਾ ਵਰਗੇ ਬੰਦਿਆਂ ਨੂੰ ਵੀ ਰਿਹਾ ਕਰਨ ਤੋਂ ਮਨਾ ਨਹੀਂ ਕਰਾਂਗਾ ਉਹ ਹੁਣ ਬਲਵੰਤ ਸਿੰਘ ਰਾਜੋਆਣਾ ਨੂੰ ਉਹ ਹੁਣ ਉਸ ਵੇਲੇ ਕਿਉਂ ਖੇਤੀ ਕਾਨੂੰਨ ਦਾ ਵਾਪਸ ਹੋ ਗਿਆ ਹੁਣ ਰਵਨੀਤ ਬਿੱਟੂ ਕਿਉਂ ਨਹੀਂ ਖੜਾ ਉੱਥੇ ਜੀ ਰਵਨੀਤ ਬਿੱਟੂ ਕਿਉਂ ਮਤਲਬ ਕਿ ਇਸ ਗੱਲ ਤੇ ਦੁਹਾਈ ਪਾ ਰਿਹਾ ਕਿ ਜੀ ਪੰਜਾਬ ਦੀ ਸ਼ਾਂਤੀ ਭੰਗ ਹੋ ਜਾਏਗੀ ਇਹ ਦੋ ਧਾਰੀ ਤਲਵਾਰ ਜੀ ਹੈਗੀ ਆ ਵੱਖਰੇ ਤਰ੍ਹਾਂ ਦਾ ਮੁੱਦਾ ਹੈਗਾ ਇੱਕ ਗੱਲ ਹੈਗੀ ਮਨੀਸ਼ ਤਿਵਾੜੀ ਨੇ ਇਸ ਗੱਲ ਤੇ ਦੁਹਾਈ ਆ ਫਰਾਕ ਦੀ ਲਈ ਕਿ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਆਲੋਚਨਾ ਇੱਥੇ ਸੁਖਬੀਰ ਬਾਦਲ ਦੀ ਵੀ ਹੁੰਦੀ ਆ ਸੁਖਬੀਰ ਬਾਦਲ ਜਿਹੜੇ ਹੈਗੇ ਆ ਨਾ ਜੀ ਉਹਨਾਂ ਨੇ ਚਿੱਠੀ ਪਾ ਕੇ ਸਿਰਫ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਮੰਗੀ ਆ ਜਦਕਿ ਰਿਹਾ ਕਰਨ ਵਾਲੇ ਬੰਦੇ ਹੋਰ ਵੀ ਬੰਦੀ ਸਿੰਘ ਬਹੁਤ ਜਿਹਨਾਂ ਸਜ਼ਾ ਪੂਰੀ ਹੋ ਚੁੱਕੀ ਆ ਲੱਖਾ ਹੈਗਾ ਤੇ ਆਪਣਾ ਦਵਿੰਦਰਪਾਲ ਸਿੰਘ ਭੁੱਲਰ ਹੈਗਾ ਹਵਾਰਾ ਹੈਗੇ ਆ ਇਹ ਬੰਦਿਆਂ ਦੀ ਵੀ ਰਿਹਾਈ ਹੋਣ 'ਚ ਲਿਖ ਦੇਣਾ ਚਾਹੀਦਾ ਸੀਗਾ ਸੁਖਬੀਰ ਬਾਦਲ ਨੂੰ ਕਿ ਸੁਖਬੀਰ ਬਾਦਲ ਨੇ ਇੱਕ ਪਾਸੜ ਕੰਮ ਕੀਤਾ ਜਿਸ ਬੰਦੇ ਨੇ ਕਿਹਾ ਸੀਗਾ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਓ ਉਹ ਕਿਹਾ ਸੀ ਬਲਵੰਤ ਸਿੰਘ ਰਾਜੋਆਣਾ ਨੇ ਜੀ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾ ਕਰਨ ਵਾਸਤੇ ਚਿੱਠੀ ਪਾਤੀ ਹੈ ਸੁਖਬੀਰ ਨੇ ਇਹ ਗੱਲ ਦੀ ਆਲੋਚਨਾ ਹੋ ਰਹੀ ਹੈ ਵੀ ਉਹਨੂੰ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਕਰਨੀ ਚਾਹੀਦੀ ਸੁਖਬੀਰ ਨੂੰ ਸਿਰਫ ਕੱਲੇ ਰਾਜੋਆਣਾ ਜੀ ਨਹੀਂ ਸੁਨੀਲ ਜਾਖੜ ਜੀ ਨੇ ਟਵੀਟ ਕੀਤਾ ਕਿ ਅਸੀਂ ਨਹੀਂ ਚੁੱਕਾਂਗੇ ਜੀ ਹਾਈ ਕੋਰਟ ਦੇ ਹਾਈ ਕਮਾਂਡ ਤੋਂ ਸੋ ਇਹ ਕਾਫੀ ਵੱਡੀ ਟਵੀਟ ਆਈ ਹੈ ਜੀ ਹਾਂ ਟਵੀਟ ਪਾ ਕੇ ਨਾ ਇੱਕ ਖਬਰ ਲੱਗੀ ਸੀਗੀ ਤੇ ਉਹ ਖਬਰ ਨੂੰ ਟਵੀਟ ਤੇ ਉਹਨੇ ਨਾਲ ਸ਼ੇਅਰ ਕੀਤਾ ਖਬਰ ਨੂੰ ਮਨੀਸ਼ ਤਿਵਾੜੀ ਨੇ ਆਪਣੇ ਟਵੀਟ ਤੇ ਉਹ ਖਬਰ ਕੀ ਕਹਿੰਦੀ ਆ ਵੀ ਸੁਨੀਲ ਜਾਖੜ ਹਾਈ ਕਮਾਂਡ ਅੱਗੇ ਝੁਕਣ ਲਈ ਤਿਆਰ ਨਹੀਂ ਉਹ ਟਵੀਟ ਕਰਕੇ ਉਹਨੇ ਕਿਹਾ ਕਿ ਮਤਲਬ ਅਸਪਸ਼ਟ ਕੀਤਾ ਕਿ ਉਹਨੇ ਆਪਣੇ ਆਪ ਨੂੰ ਜ਼ਾਹਰ ਕੀਤਾ ਕਿ ਮੈਂ ਝੁਕਾਂਗਾ ਨਹੀਂ ਉਹਨੇ ਇੱਕ ਮਹਿਲਾ ਕਾਂਗਰਸੀ ਆਗੂ ਦੇ ਉੱਪਰ ਦੋਸ਼ ਲਾਏ ਨੇ ਕਿ ਮੈਨੂੰ ਜਿਹੜਾ ਕਿ ਨੋਟਿਸ ਦਵਾਇਆ ਹੈਗਾ ਉਹ ਇੱਕ ਮਹਿਲਾ ਕਾਂਗਰਸੀ ਆਗੂ ਨੇ ਦਵਾਇਆ ਹੈਗਾ ਜੀ ਉਹ ਮਹਿਲਾ ਕਾਂਗਰਸੀ ਆਗੂ ਕਾਂਗਰਸ ਪ੍ਰਤੀ ਸਹੀ ਨਹੀਂ ਹੈਗੀ ਉਹਨਾਂ ਕਾਂਗਰਸੀ ਆਗੂਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਬੜਾ ਪੁਰਾਣਾ ਕਾਂਗਰਸ ਦਾ ਆਗੂ ਹੈਗਾ ਬੜੀ ਮਿਹਨਤ ਕੀਤੀ ਆ ਕਾਂਗਰਸ ਦਾ ਕਾਂਗਰਸ ਲਈ ਮੈਂ ਇੰਨੀ ਮਿਹਨਤ ਕੀਤੀ ਆ ਕਿ ਜਦੋਂ ਨੋਟਿਸ ਦਿੱਤਾ ਗਿਆ ਮੈਨੂੰ ਅਨੁਸ਼ਾਸਨੀ ਕਮੇਟੀ ਵੱਲੋਂ ਤਾਂ ਘੱਟੋ ਘੱਟ ਮੇਰੇ ਨਾਲ ਫੋਨ ਤੇ ਗੱਲ ਕਰ ਲੈਂਦੇ ਮੈਨੂੰ ਪੁੱਛ ਲੈਂਦੇ ਕਿ ਭਾਈ ਤੇਰੇ ਖਿਲਾਫ਼ ਇਹ ਕਾਰਵਾਈ ਹੋ ਰਹੀ ਆ ਵੀ ਤੂੰ ਦੱਸ ਤੇਰੇ ਕੀ ਸਪਸ਼ਟੀਕਰਨ ਹੈਗਾ ਮੈਂ ਸਪਸ਼ਟੀਕਰਨ ਦੇਣ ਦਾ ਫੋਨ ਤੇ ਹੀ ਉਹਨਾਂ ਨੂੰ ਨੋਟਿਸ ਜਾਰੀ ਕਰਨ ਦੀ ਲੋੜ ਨਹੀਂ ਸੀਗੀ ਸੁਨੀਲ ਜਾਖੜੇ ਕਹਿੰਦੇ ਇਸ ਕਰਕੇ ਮੇਰੇ ਮਨ ਨੂੰ ਠੇਸ ਪਹੁੰਚੀ ਆ ਸੁਨੀਲ ਜਾਖੜ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਗਏ ਸੀਗੇ ਜੀ ਉਹ ਬਾਹਰ ਹਟ ਗਏ ਸੀਗੇ ਤੇ ਪਰ ਅੱਜ ਕੱਲ੍ਹ ਉਹ ਕਹਿੰਦੇ ਪਾਰਟੀ ਛੱਡਣ ਨੂੰ ਫਿਰਦੇ ਆ ਕਾਂਗਰਸ ਤੇ ਕਾਂਗਰਸ ਨੂੰ ਦਿਖਾ ਰਿਹਾ ਤੇਵਰ ਤੇ ਜਿਹੜੇ ਹੁਣ ਵੱਡੀ ਗੱਲ ਇਹ ਆ ਕਿ ਹਾਈ ਕਮਾਂਡ ਦੇ ਵਿੱਚ ਜਿਹੜੇ ਚੀਫ ਸੈਕਟਰੀ ਹੈਗੇ ਆ ਮੁੱਖ ਸਕੱਤਰ ਹੈਗੇ ਆ ਕਾਂਗਰਸ ਦੇ ਤੇ ਉਹਨਾਂ ਨੇ ਜਿਹੜਾ ਤਾਰਕ ਅਨਵਰ ਹੈ ਤਾਰਕ ਅਨਵਰ ਨੇ ਕਹਿ ਦਿੱਤਾ ਕਿ ਸੁਨੀਲ ਜਾਖੜ ਦੇ ਖਿਲਾਫ਼ ਕਾਰਵਾਈ ਹੋਵੇਗੀ ਜੇਕਰ ਜਵਾਬ ਨਾ ਦਿੱਤਾ ਉਹਨਾਂ ਨੇ ਸਮਰਾਲੇ ਦੇ ਵਿੱਚ ਰਾਜਾ ਵੜਿੰਗ ਪਹੁੰਚੇ ਤੇ ਕੁਛ ਕਾਫੀ ਗੱਲਾਂ ਬਾਤਾਂ ਹੋਈਆਂ ਹਾਂ ਸਮਰਾਲੇ ਵਿੱਚ ਰਾਜਾ ਵੜਿੰਗ ਨੇ ਕਿਹਾ ਜੀ ਪਹੁੰਚੇ ਨੇ ਉੱਥੇ ਉਹਨੇ ਕਿਹਾ ਕਿ ਪੱਤਰਕਾਰ ਅਸਲ ਵਿੱਚ ਸਵਾਲ ਜਵਾਬ ਕਰਦੇ ਰਹਿੰਦੇ ਜੀ ਪੱਤਰਕਾਰਾਂ ਦਾ ਕੰਮ ਹੀ ਹੁੰਦਾ ਉਹਨਾਂ ਨੇ ਸਵਾਲਾਂ ਜਵਾਬ ਦਿੰਦੇ ਆ ਕਿਹਾ ਦੇਖੋ ਜੀ ਪੰਜਾਬ ਦੇ ਵਿੱਚ ਅਨੁਸ਼ਾਸਨ ਭੰਗ ਹੋਣ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰੀ ਆ ਜੀ ਕਿਸੇ ਨੇ ਅਨੁਸ਼ਾਸਨ ਪ੍ਰਤੀ ਗੌਰ ਨਹੀਂ ਕੀਤੀ ਜਿਹਦੇ ਮੂੰਹ ਜੋ ਮੂੰਹ ਚ ਆਉਂਦਾ ਸੀ ਉਹ ਕਾਂਗਰਸ ਦਾ ਬੋਲਦਾ ਸੀ ਬੰਦਾ ਜਿਹਨੇ ਜੋ ਮਰਜ਼ੀ ਬੋਲਿਆ ਕਹਿੰਦੇ ਬਿਲਕੁਲ ਠੀਕ ਆ ਮੈਨੂੰ ਨਵਜੋਤ ਸਿੱਧੂ ਵੀ ਚਾਹੀਦਾ ਮੈਨੂੰ ਸੁਨੀਲ ਜਾਖੜ ਵੀ ਚਾਹੀਦਾ ਮੈਨੂੰ ਪ੍ਰਤਾਪ ਸਿੰਘ ਬਾਜਵਾ ਵੀ ਚਾਹੀਦਾ ਮੈਨੂੰ ਸਾਰੇ ਚਾਹੀਦੇ ਆ ਪਰ ਨਾਲ ਹੀ ਅਨੁਸ਼ਾਸਨ ਭੰਗ ਕਰਨ ਵਾਲੇ ਨਹੀਂ ਬਖਸ਼ੇ ਜਾਣਗੇ ਜਿਹੜੇ ਅਨੁਸ਼ਾਸਨ ਭੰਗ ਕਰਦੇ ਆ ਰਾਜਾ ਬਣੇ ਗੱਲ ਹੀ ਕੀਤੀ ਹੈ ਦੇਖੋ ਜੀ ਪਿਛਲੇ ਸਮੇਂ ਦੌਰਾਨ ਨਾ ਜੀ ਆਪਣਾ ਅਰਜ਼ ਜੀ ਸੱਚੀ ਮੁੱਚੀ ਇਹ ਗੱਲ ਹੋਈ ਆ ਕਿ ਕਾਂਗਰਸ ਨਾ ਜੀ ਜਿਵੇਂ ਨਾ ਅਸ਼ਰ ਘੋੜੇ ਹੁੰਦੇ ਆ ਜੀ ਪੰਜਾਬੀ ਦੀ ਸਾਡੇ ਪੁਆਧ ਦੀ ਇਹ ਕਹਾਵਤ ਹੈਗੀ ਆ ਕਿ ਜਿਵੇਂ ਅਸ਼ਰ ਘੋੜੇ ਹੁੰਦੇ ਆ ਨਾ ਜੀ ਤੇ ਉਹ ਕਿਸੇ ਦੇ ਉੱਪਰ ਵੀ ਆਪਣੇ ਆਪ ਨੂੰ ਉਹ ਆਪਣੇ ਆਪ ਉੱਤੇ ਕਿਸੇ ਨੂੰ ਸਵਾਰ ਨਹੀਂ ਹੋਣ ਦਿੰਦੇ ਹੁੰਦੇ
ਤੇ ਉਹ ਮਨਮਰਜ਼ੀ ਖੜਦੇ ਹੁੰਦੇ ਆ ਜੀ, ਮਨਮਰਜ਼ੀ ਦੀ ਰਾਜਨੀਤੀ ਕਰਦੇ ਆ, ਮਨਮਰਜ਼ੀ ਦੇ ਭੱਜਦੇ ਆ ਉਹ। ਇਸੇ ਤਰੀਕੇ ਨਾਲ ਕਾਂਗਰਸ ਦੇ ਵਿੱਚ, ਪੰਜਾਬ ਕਾਂਗਰਸ ਦੇ ਵਿੱਚ ਆਪੋ ਧਾਪੀ ਪਈ ਹੋਈ ਸੀਗੀ ਚੋਣਾਂ ਤੋਂ ਪਹਿਲਾਂ। ਨਵਜੋਤ ਸਿੱਧੂ ਕਹਿੰਦਾ ਸੀ ਮੇਰਾ ਪੰਜਾਬ ਮਾਡਲ ਸਾਹਮਣੇ ਲੈ ਕੇ ਆਓ, ਹੁੰਦਾ ਭਗਵਾਨ ਸਿੰਘ ਦਾ ਪੁੱਤਰ ਕਹਿੰਦਾ ਚੰਨੀ ਨੇ ਕੁਛ ਨੀ ਕੀਤਾ ਮੈਂ ਕਰ ਦੋ ਸਾਰਾ ਕੁਛ। ਤੇ ਦੂਜੇ ਪਾਸੇ ਹਾਈਕਮਾਂਡ ਦਾ ਦੇ ਰਹੀ ਹੈ ਜ਼ੋਰਦਾਰ ਤਰੀਕੇ ਨਾਲ ਚੰਨੀ ਦੇ ਪੱਖ ਵਿੱਚ ਗੱਲ, ਤੇ ਦੂਜੇ ਪਾਸੇ ਸੁਨੀਲ ਜਾਖੜ ਕਹਿੰਦੇ ਆ ਜੀ ਮੈਨੂੰ ਵੱਧ ਵੋਟਾਂ ਪਈਆਂ ਸੀਗੀਆਂ ਜੀ ਤੇ ਮੈਨੂੰ ਮੁੱਖ ਮੰਤਰੀ ਨੂੰ ਬਣਾਇਆ ਗਿਆ ਜੀ। ਹਰ ਇੱਕ ਬੰਦੇ ਦਾ ਆਪਣੀ ਤੂਤੀ ਬੋਲਦੀ ਸੀਗੀ, ਆਪਣੇ ਤਰੀਕੇ ਨਾਲ ਗੱਲ ਕਰਦੇ ਸੀ। ਹਾਈਕਮਾਂਡ ਨੂੰ ਹਰੇ ਠੈਂਗਾ ਸਾਰੇ, ਹਾਰ ਗਏ ਆ, ਹਾਰਨ ਤੋਂ ਬਾਅਦ ਦੋਸ਼ ਇਲਜ਼ਾਮ ਦੂਜੇ ਦੇ ਲਾਏ ਜਾਂਦੇ ਆ, ਤੇ ਇਹ ਗੱਲ ਹੈਗੀ ਆ। ਅਨੁਸ਼ਾਸਨ ਤਾਂ ਭੰਗ ਕੀਤਾ ਗਿਆ, ਰਾਜਾ ਵੜਿੰਗ ਇਸ ਅਨੁਸ਼ਾਸਨ ਨੂੰ ਭੰਗ ਹੋਣ ਤੋਂ ਕਿੱਦਾਂ ਬਚਾਉਣਗੇ, ਇਹ ਉਸ ਵਾਸਤੇ ਵੱਡੀ ਚੁਣੌਤੀ ਹੋਏਗੀ ਜੀ। ਲੋ ਜੀ ਲੈਂਦੇ ਆ, ਨੈਕਸਟ ਕਾਲ ਆਉਂਦੀ ਹੈ 905-813-1320। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਭਾਈ ਮੈਂ ਸੋਰੀ ਮੁੜ ਕੇ ਆਇਆ। ਨਹੀਂ ਕੋਈ ਗੱਲ ਨੀ। ਅੱਛਾ ਆਸ਼ੀ ਜੀ, ਇੱਕ ਤੁਹਾਡੇ ਤੋਂ ਮੇਰਾ ਕੁਐਸਚਨ ਹੈ ਤੇ ਇੱਕ ਸੀਤਾ ਸਾਹਿਬ ਤੋਂ ਹੋ ਗਿਆ ਕਿ ਉਧਰ ਤਾਂ ਭਗਵੰਤ ਮਾਨ ਸਾਹਿਬ ਉਦੋਂ ਕਹਿ ਰਹੇ ਸੀਗੇ ਕਿ ਮੈਂ ਕਿਸੇ ਦਾ ਧਰਨਾ ਲੱਗਣ ਦੇਣਾ, ਮੈਂ ਆਉਣ ਨੀ ਲੱਗਣ ਦੇਣਾ। ਹੁਣ ਇਸੀ ਚੀਜ਼ ਦੇ ਅਧਿਆਪਕ ਵੀ ਆ ਕੇ ਬਹਿ ਗਏ ਜਾਂ ਹੋਰ ਵੀ ਜਿਹੜੇ ਭਰਤੀ ਜਿਹਨਾਂ ਦੀ ਹੋ ਗਈ ਸੀਗੀ ਉਹ ਵੀ ਜਾ ਕੇ ਹੁਣ ਇਹਨਾਂ ਦੇ ਦਰਾਂ ਦੇ ਉੱਤੇ ਬੈਠੇ ਆ ਤੇ ਉਹਨਾਂ ਦੇ ਨਾਲ ਹੁਣ ਮੀਟਿੰਗ ਨੀ ਕਰ ਰਹੇ, ਤਾਂ ਮੀਟਿੰਗ ਕਰਕੇ ਕੁਛ ਉਹਨਾਂ ਦਾ ਰਿਲੇਸ਼ਨ ਮੇਰੇ ਕੋਲ ਕਰ ਦੇਣਾ ਚਾਹੀਦਾ। ਇੱਕ ਇਹਦੇ ਬਾਰੇ ਦੱਸਿਓ ਤੇ ਅਰਜੀ, ਜਿੱਦਾਂ ਹੁਣ ਇਸ ਵੇਲੇ ਮਦ ਕੈਨੇਡਾ ਦੀ ਮਾਰਕੀਟ ਆ ਰਹੀ ਹੈ, ਸਟੇਟ ਆ ਰੀਅਲ ਸਟੇਟ ਦੇ ਵਿੱਚ ਹੁਣ ਇੱਕ ਡਾਲਰ ਤੱਕ ਉਹਨਾਂ ਨੇ ਵਧਾਤੀ ਆ, ਹੁਣ ਕੀ ਇਹ ਜੇਕਰ ਹੋਰ 50 ਸੈਂਟ ਵਧਾਉਣਗੇ ਕਿ ਜਿਹੜੇ ਘਰ ਦੀਆਂ ਮੌਰਗੇਜ ਆ ਜਦ ਘਰ ਆ ਕਿ ਉਹ ਟੁੱਟਣਗੇ ਕਿ ਮਤਲਬ ਜਿੱਦਾਂ ਹੁਣ ਮਿਲੀਅਨ ਤੋਂ ਵੀ ਉੱਪਰ। ਦੇਖੋ ਮੈਂ ਰੀਅਲ ਸਟੇਟ ਦੇ ਬਾਰੇ ਫਟਾਫਟ ਦੱਸ ਦੇਣਾ, ਕੱਲ MLS ਦੇ ਉੱਤੇ ਅਸੀਂ ਘਰ ਦੇਖ ਰਹੇ ਸੀ ਤੇ ਹੁਣ ਜਿਹੜੇ ਘਰ ਇੱਕ ਇੱਕ ਦੋ ਦੋ ਤਿੰਨ ਤਿੰਨ ਦਿਨ ਦੇ ਵਿੱਚ ਵਿਕ ਰਹੇ ਸੀ ਉਹ ਹੁਣ ਅੱਜ ਦੀ ਡੇਟ ਦੇ ਵਿੱਚ 10-12 ਦਿਨ ਹਾਲੇ ਵੀ ਲੱਗੇ ਹੋਏ ਨੇ। ਸੋ ਦੈਟ ਮੀਨਸ ਕਿ ਜੋ ਇੰਟਰਸਟ ਰੇਟ ਜੋ ਵਧਿਆ ਹੈ ਜੀ, ਇਹਨੂੰ ਮਾਰਕੀਟ ਕਰੈਕਸ਼ਨ ਹੀ ਕਹਿੰਦੇ ਆ ਜੀ, ਕਿ ਆਈ ਥਿੰਕ ਹੁਣ ਜਿਹੜੇ ਆਊਟਸਾਈਡ ਫੋਰਨਰਸ ਦੇ ਉੱਤੇ ਹੁਣ ਬੈਨ ਲੱਗ ਗਿਆ ਜੀ, ਹੁਣ ਉਹ ਨਹੀਂ ਖਰੀਦ ਸਕਦੇ ਤੇ ਜਿਹੜੇ ਹੁਣ ਓਨਲੀ PR ਤੇ ਕੈਨੇਡੀਅਨ ਸਿਟੀਜ਼ਨਸ਼ਿਪ ਜੀ ਉਹੀ ਲੈ ਸਕਦੇ ਨੇ। ਜਿਹੜੇ ਫੋਰਨਰਸ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਹੈ, ਇੱਕ ਤਾਂ ਇਹ ਰੋਕ ਕੀਤੀ ਗਈ ਹੈ। ਅਤੇ ਬਾਕੀ ਰਹੀ ਗੱਲ ਇੰਟਰਸਟ ਰੇਟ ਦੀ, ਉਹ ਹਾਲੇ ਵਧੇਗਾ ਤਾਂ ਜ਼ਰੂਰ, ਪਰ ਫਿਲਹਾਲ ਹੀ ਲੱਗ ਇਹ ਰਿਹਾ ਹੈ ਕਿ ਹਾਲੇ ਮਾਰਕੀਟ ਥੋੜ੍ਹੀ ਜਿਹੀ ਠੰਡੀ ਪਈ ਹੈ, ਨਾਟ ਸਾਰੀ, ਡਿਪੈਂਡ ਔਨ ਦੀ ਏਰੀਆ, ਪੰਤੂ ਬਾਕੀ ਤਾਂ ਬ੍ਰੈਂਪਟਨ ਦੇ ਵਿੱਚ ਤਾਂ ਜ਼ਰੂਰ ਅਫੈਕਟ ਹੋਇਆ ਜੀ। ਹੁਣ ਕੀ ਹੋਵੇਗਾ, ਮੈਂ ਤੁਹਾਨੂੰ ਇੰਨੀ ਮੋਟੀ ਮੋਟੀ ਗੱਲ ਦੱਸ ਦੇਣਾ ਕਿ ਜੇ ਤੁਹਾਡੇ ਇੱਥੇ ਰਿਸ਼ਤੇਦਾਰ ਹੋਣਗੇ, ਹੁਣ ਉਹਨਾਂ ਦੇ ਰਿਸ਼ਤੇਦਾਰ ਇੱਥੇ ਹੋਣਗੇ, ਉਹਨਾਂ ਦੇ ਥਰੂ ਹੁਣ ਘਰ ਲੈਣਗੇ, ਇਹ ਗੱਲ ਹੋਵੇਗਾ, ਇਹ ਗੱਲ ਜ਼ਰੂਰ ਹੋਵੇਗਾ। ਹੁਣ ਉਹ ਤਾਂ ਭਾਈ ਬਹੁਤ ਚਿਰ ਦਾ, ਉਹ ਤਾਂ ਮੈਂ ਬੰਦੇ ਹੈਗੇ ਆ ਜੀ, ਉਹਨਾਂ ਦੇ ਥਰੂ ਹੁਣ ਘਰ ਹੋ ਰਹੇ ਆ ਜੀ, ਬਿਲਕੁਲ ਬਿਲਕੁਲ, ਉਹ ਤਾਂ ਹੋਣਾ ਹੀ ਹੈ ਜੀ। ਦੇਖੋ ਉਹ ਹੁਣ ਕੰਨ ਇੱਧਰ ਨੂੰ ਫੜ ਲਓ, ਕੰਨ ਉੱਧਰ ਨੂੰ ਫੜ ਲਓ, ਸਰਕਾਰ ਨੂੰ ਮੈਨੂੰ ਸਮਝ ਲੱਗੀ ਕਿਉਂ ਇਹਨਾਂ ਨੇ ਬੰਦ ਕੀਤਾ ਫੋਰਨਰ ਦਾ, ਪਰੰਤੂ ਇਹਦੇ ਵਿੱਚ ਵੀ ਕੋਈ ਭਲਾ ਹੀ ਹੋਵੇਗਾ ਜੀ। ਪਰੰਤੂ ਆਪਾਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ, ਹੁਣ ਇਸ ਵੇਲੇ ਕੀਦਾ ਸਾਹਿਬ ਦਾ ਟਾਈਮ ਹੈ ਜੀ। ਜੀ ਕੀਦਾ ਸਾਹਿਬ, ਓਕੇ ਜੀ, ਆਤਮਾਨ ਦੁਆਰੇ ਕਰਕੇ ਜਿਹੜੇ ਕਿ ਕਹਿੰਦੇ ਸੀ ਪ੍ਰੋਟੈਸਟ ਨਹੀਂ ਦਵਾਂ ਅਸੀਂ ਹੋਣ ਦੇਵਾਂਗੇ, ਪ੍ਰੋਟੈਸਟ ਸ਼ੁਰੂ ਹੋ ਗਏ ਆ ਹੁਣ। ਵੈਸੇ ਕੁਝ ਤਾਂ ਸਾਡੇ ਪੰਜਾਬੀਆਂ ਦੇ ਵਿੱਚ ਇਹ ਗੱਲ ਹੈਗੀ ਆ, ਥੋੜੀ ਕਾਹਲ ਹੁੰਦੀ ਆ ਪੰਜਾਬੀਆਂ ਦੇ ਵਿੱਚ, ਇਸ ਕਰਕੇ ਪੰਜਾਬੀਆਂ ਨੂੰ ਮਾਰਸ਼ਲ ਕੌਮ ਕਿਹਾ ਜਾਂਦਾ। ਕੋਈ ਬਹੁਤ ਜਲਦੀ ਉਹ ਆਪਣਾ ਐਕਸ਼ਨ ਕਰਦੇ ਆ, ਬਹੁਤ ਜਲਦੀ ਦਿਖਾਉਂਦੇ ਆ। ਤੇ ਵੈਸੇ ਤਾਂ ਵਿਰੋਧੀ ਪਾਰਟੀਆਂ ਵਾਲੇ, ਕਾਂਗਰਸ ਵਾਲੇ ਹੋ ਗਏ, ਅਕਾਲੀ ਹੋ ਗਏ, ਮੇਨ ਪਾਰਟੀਆਂ ਨੇ, ਉਹਨਾਂ ਨੇ ਵੀ ਅਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਥੋੜਾ ਟਾਈਮ ਦਿੱਤਾ ਹੋਇਆ ਕਿ ਤੁਸੀਂ ਥੋੜਾ ਕਰੋ ਗੱਲ। ਪਰ ਅਜੇ ਜਿਹੜੇ ਦੂਜੇ ਨੇ ਜਿਵੇਂ ਕਿਸਾਨ ਹੈਗੇ ਆ ਜੀ, ਕਿਸਾਨਾਂ ਵੱਲੋਂ ਸ਼ੁਰੂ ਕਰਤੇ ਜੀ ਪ੍ਰੋਟੈਸਟ, ਭਗਵੰਤ ਮਾਨ ਦੇ ਸੰਗਰੂਰ ਵਿੱਚ ਜਿਹੜੀ ਕੋਠੀ ਹੈਗੀ ਆ ਜੀ, ਉਹ ਕੋਠੀ ਦੇ ਬਾਹਰਲੇ ਪਾਸੇ ਪ੍ਰੋਟੈਸਟ ਸ਼ੁਰੂ ਕਰਤਾ, ਕਹਿੰਦੇ ਦਿਓ ਸਾਨੂੰ ਮੁਆਵਜ਼ਾ ਜੀ। ਤਾਂ ਮੁੜ ਕੇ ਅਸਲ 'ਚ ਕੁੱਝ ਵਿਅਕਤੀ ਗੱਲਾਂ ਹੁੰਦੀਆਂ ਨੇ, ਕੁੱਝ ਮੌਕੇ ਸਿਰ ਗੱਲਾਂ ਹੁੰਦੀਆਂ ਨੇ, ਤੇ ਭਗਵੰਤ ਮਾਨ ਦੇ ਵਿਰੁੱਧ ਜਿਹੜੇ ਧਰਨੇ ਮੁਜ਼ਾਹਰੇ ਹੋ ਰਹੇ ਨੇ, ਖਾਸ ਕਰਕੇ ਕਿਸਾਨ, ਜਾਂ ਫਿਰ ਤੁਸੀਂ ਲੈ ਲਓ ਨਾ ਜੀ ਹੁਣ ਜਿਹੜੇ ਕੋਈ ਕੁਛ ਜਥੇਬੰਦੀਆਂ ਹੈਗੇ ਨੇ ਮੁਲਾਜ਼ਮਾਂ ਦੀਆਂ, ਉਹ ਜਥੇਬੰਦੀਆਂ ਵੀ ਭਗਵੰਤ ਮਾਨ ਦੇ ਖਿਲਾਫ਼ ਕੁਛ ਸੰਘਰਸ਼, ਜਿਵੇਂ ਸਿੱਖਿਆ ਮੰਤਰੀ ਦੇ ਖਿਲਾਫ਼ ETT ਯੂਨੀਅਨ ਵਾਲੇ ਬੰਦੇ ਕਰ ਰਹੇ ਨੇ ਪ੍ਰੋਟੈਸਟ ਜੀ, ਉਹ ਆਪਣੇ ਤਰੀਕੇ ਨਾਲ। ਅਸਲ 'ਚ ਨਾ ਇਹ ਥੋੜਾ ਜਿਹਾ ਨਾ ਜੀ ਸਾਨੂੰ ਪੰਜਾਬੀਆਂ ਨੂੰ ਕਾਹਲ ਹੈਗੀ ਆ, ਤੇ ਮੈਂ ਕੋਈ ਭਗਵੰਤ ਮਾਨ ਦਾ ਕੋਈ ਪੱਖ 'ਚ ਨਹੀਂ ਹੈਗਾ, ਮੈਂ ਇਹ ਸਮਝਦਾ ਵੀ ਸੱਚੀ ਮੁੱਚੀ ਅਸੀਂ ਥੋੜੀ ਕਾਹਲ ਕਰ ਲੈਂਦੇ ਹਾਂ, ਥੋੜੇ ਜਿਹਾ 5-6 ਮਹੀਨੇ ਟਾਈਮ ਦੇ ਦੇਣਾ ਚਾਹੀਦਾ ਸੀਗਾ ਭਗਵੰਤ ਮਾਨ ਨੂੰ ਜੀ। SYL ਦੀ ਗੱਲਬਾਤ ਕਰ ਲਈਏ ਜੀ, ਨਾ ਸਾਰੇ ਦਰਸ਼ਕ ਇਸ ਵੇਲੇ ਸੁਣ ਰਹੇ ਨੇ, ਦੇਖ ਰਹੇ ਨੇ ਕਿ ਹਰਪਾਲ ਚੀਮਾ ਜੀ ਨੇ ਬੋਲਿਆ ਕਿ ਇੱਕ ਵੀ ਬੂੰਦ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ। ਵੱਡੀ ਗੱਲ ਕਹੀ ਹੈ ਜੀ ਹਰਪਾਲ ਚੀਮਾ ਨੇ। ਦੱਸ ਅਸਲ 'ਚ ਨਾ ਮੈਂ ਨਾ ਕੱਲ੍ਹ ਦਾ ਬਹੁਤ ਸਾਰੇ MLA ਨੂੰ ਫੋਨ ਕਰ ਰਿਹਾ ਸੀਗਾ,
ਬਈ ਇਸ ਮੁੱਦੇ ਉੱਤੇ ਕੋਈ ਨਾ ਕੁਛ ਗੱਲ ਕਰੇ ਕੋਈ, ਉਹ ਜਦੋਂ ਵੀ ਐਸ ਵਾਈ ਐਲ ਦੀ ਮੈਂ ਗੱਲ ਕਰਦਾ ਸੀ ਉਹ ਫੋਨ ਕਰ ਦਿੰਦੇ ਸੀਗੇ। ਤਾਂ ਕੱਲ ਸਾਡੇ ਇੱਕ ਮੰਤਰੀ ਆਏ ਪਟਿਆਲੇ ਵਿੱਚ, ਉਹਨਾਂ ਨਾਲ ਗੱਲ ਕਰਨੀ ਚਾਹੀ ਮੀਡੀਆ ਨੇ ਵੀ ਇਸ ਮੁੱਦੇ ਉੱਤੇ, ਉਹ ਬੋਲ ਕੇ ਉੱਪਰ ਨਾ ਏਦਾਂ ਭੱਜੇ ਫੰਕਸ਼ਨ ਚੋਂ ਜਿੱਦਾਂ ਮਤਲਬ ਕਿ ਯਕਦਮ ਹੀ ਐਂ ਭੱਜ ਰਹੇ ਜਿੱਦਾਂ ਕਿ ਪਿੱਛੇ ਪਿਆ ਹੁੰਦਾ ਕੋਈ। ਤੇ ਮਤਲਬ ਕੋਈ ਵੀ ਗੱਲ ਕਰਨੀ ਹੁਣ ਐਸ ਵਾਈ ਐਲ ਦੇ ਮੁੱਦੇ ਉੱਪਰ ਨਾ, ਜਿਹੜਾ ਕਿ ਮਿਸਟਰ ਸੁਸ਼ੀਲ ਗੁਪਤਾ ਹੈਗੇ ਆ ਮੈਂਬਰ ਰਾਜ ਸਭਾ ਹੈਗੇ ਆ, ਉਹ ਹਰਿਆਣਾ ਦੇ ਇੰਚਾਰਜ ਬਣਾਏ ਆ ਜੀ, ਉਹਨਾਂ ਨੇ ਕਹਿਤਾ ਕਿ ਜੇਕਰ ਹਰਿਆਣੇ ਦੇ ਲੋਕ ਸਾਨੂੰ ਵੋਟਾਂ ਪਾਉਣਗੇ, ਸਰਕਾਰ ਬਣਾਉਣਗੇ ਹਰਿਆਣੇ ਦੀ, ਤਾਂ ਅਸੀਂ ਐਸ ਵਾਈ ਐਲ ਦਾ ਪਾਣੀ ਹਰਿਆਣੇ ਦੇ ਪਿੰਡ ਪਿੰਡ ਤੱਕ ਪਹੁੰਚਾ ਦਿਆਂਗੇ। ਇਸ ਸੰਦਰਭ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਖੜਕਾ ਹੋਇਆ, ਬੜੇ ਵੱਡੇ ਪੱਧਰ ਤੇ ਵਿਰੋਧੀਆਂ ਨੇ ਚੱਕਿਆ ਕਿ ਭਗਵੰਤ ਮਾਨ ਸਾਹਿਬ ਚੁੱਪ ਕਿਉਂ ਬੈਠੇ ਨੇ, ਭਗਵੰਤ ਮਾਨ ਸਾਹਿਬ ਏਦਾਂ ਕਿਉਂ ਬੈਠੇ ਨੇ। ਤੇ ਉਹ ਸੰਦਰਭ ਵਿੱਚ ਸਾਰੇ ਬੰਦੇ ਕੱਢ ਰਹੇ ਸੀਗੇ, ਭਗਵੰਤ ਮਾਨ ਸਾਹਿਬ ਵੀ ਨਹੀਂ ਬੋਲੇ, ਪਰ ਹਰਪਾਲ ਚੀਮਾ ਵਿੱਤ ਮੰਤਰੀ ਹੈਗੇ ਆ ਪੰਜਾਬ ਸਰਕਾਰ ਦੇ, ਉਹਨਾਂ ਨੇ ਕਿਹਾ ਕਿ ਇਹ ਇਸ ਗੱਲ ਨੂੰ ਪੱਲੇ ਬੰਨਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਨਾ ਵਾਧੂ ਪਾਣੀ ਹੈਗਾ, ਨਾ ਅਸੀਂ ਵਾਧੂ ਪਾਣੀ ਕਿਸੇ ਨੂੰ ਦਵਾਨਾ ਪਾਣੀ ਦਵਾਏ ਕਿਸੇ ਨੂੰ, ਇੱਕ ਇੱਕ ਵੀ ਬੂੰਦ ਪੰਜਾਬ ਦੇ ਪਾਣੀ ਦੇ ਅਸੀਂ ਬਾਹਰ ਨਹੀਂ ਦੇਵਾਂਗੇ। ਬੜਾ ਵੱਡਾ ਬਿਆਨ ਆ ਜੀ ਹਰਪਾਲ ਚੀਮੇ ਦਾ, ਲੋਕ ਕਹਿੰਦੇ ਆ ਜੀ ਬੋਲਦੇ ਨੀ ਗਏ, ਆਮ ਆਦਮੀ ਪਾਰਟੀ ਵਾਲੇ ਚੁੱਪ ਰਹਿੰਦੇ ਆ ਮੁੱਦਿਆਂ ਦੇ ਉੱਪਰ। ਆਹ ਹੁਣ ਉਹਨੇ ਸਰੇਆਮ ਹੀ ਆਪਣੇ ਹੀ ਆਮ ਆਦਮੀ ਪਾਰਟੀ ਦੇ ਮੈਂਬਰ ਰਾਜ ਸਭਾ ਨੂੰ ਜਵਾਬ ਦਿੱਤਾ ਕਿ ਭਾਈ ਤੈਨੂੰ ਅਸੀਂ ਪਾਣੀ ਦਿੰਦੇ ਸੀ ਜੀ। ਸੁਪਰੀਮ ਕੋਰਟ ਨੇ ਜਿਹੜੇ ਬੁਲਡੋਜ਼ਰਸ ਉਹ ਰੋਕ ਲਗਾ ਦਿੱਤੀ ਜੋ ਦਿੱਲੀ ਦੇ ਵਿੱਚ ਇਸ ਵੇਲੇ ਕੇਸ ਚੱਲ ਰਿਹਾ ਜੀ ਵਾਇਲੈਂਸ ਦਾ। ਹਾਂ ਜਹਾਂਗੀਰਪੁਰੀ ਵਿੱਚ ਨਾ ਜੀ ਹਨੂੰਮਾਨ ਜਯੰਤੀ ਦੇ ਉੱਪਰ ਨਾ ਹਿੰਸਾ ਹੋਈ ਸੀਗੀ ਜੀ, ਤੇ ਉਹਦੇ ਵਿੱਚ ਮੁਸਲਮਾਨ ਇੱਕ ਪਾਸੇ ਖੜ ਗਏ ਸੀਗੇ ਜੀ ਤੇ ਹਿੰਦੂ ਇੱਕ ਪਾਸੇ ਖੜ ਗਏ ਸੀਗੇ ਜੀ, ਤੇ ਹਿੰਦੂ ਤਬਾਲ ਸਿਸਟਮ ਉਹ ਖੜ ਗਏ ਸੀਗੇ, ਦੋਵੇਂ ਪਾਸੇ ਟਕਰਾਅ ਹੋ ਗਿਆ ਸੀ। ਅਰਬ ਟਕਰਾਅ ਨਾ ਅਰਬ ਜੀ ਮਤਲਬ ਕਿ ਜੇ ਆਪਾਂ ਆਖੀਏ ਵੀ ਤੋਲੇ ਪਹਾੜ ਹੁੰਦਾ, ਜਮੀ ਮਾਮੂਲੀ ਜੀ ਗੱਲ ਪੇ ਤਕਰਾਰ ਹੋਇਆ, ਮਾਮੂਲੀ ਜੀ ਗੱਲ ਪੇ ਤਕਰਾਰ ਹੋ ਕੇ ਨਾ ਜੀ ਮੁਸਲਮਾਨ ਤੇ ਹਿੰਦੂ ਇੱਕ ਆਹਮੋ ਸਾਹਮਣੇ ਖੜ ਗਿਆ ਜੀ, ਤੇ ਪਥਰਾ ਹੋਇਆ ਜੀ, ਬੜਾ ਗੋਲੀਆਂ ਚੱਲ ਗਈਆਂ ਉੱਥੇ ਜੀ। ਤੇ ਉਸ ਸੰਦਰਭ ਦੇ ਵਿੱਚ ਜਿਹੜੇ ਬੰਦੇ ਨਾ ਜੀ ਉਹਦੇ ਵਿੱਚ ਸੀਗੇ ਉੱਥੇ ਕੋਈ ਸ਼ਾਮਿਲ ਸੀਗੇ, ਤਾਂ ਉਹ ਸਾਹਮਣੇ ਕੋਈ ਕਿਸੇ ਕੋਈ ਮਾਜਰ ਸਾਹਮਣੇ ਸੀ, ਘਰ ਬਾਰ ਦੁਕਾਨਾਂ ਸੀਗੀਆਂ, ਉਹਨਾਂ ਤੇ ਬਲਡੋਜ਼ਰ ਫੇਰਨ ਦਾ ਕੰਮ ਸ਼ੁਰੂ ਕਰਤਾ MCA, ਤਾਂ ਉੱਥੇ ਇੱਕ ਬੰਦੇ ਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਤੁਰੰਤ ਜਾ ਕੇ ਅਪੀਲ ਪਾਈ ਵੀ ਏਦਾਂ ਕਰਕੇ ਬਲਡੋਜ਼ਰ ਰੋਕੇ ਜਾਣ। ਸੁਪਰੀਮ ਕੋਰਟ ਨੇ 10:45 ਉੱਤੇ ਆਰਡਰ ਕੀਤੇ ਕਿ ਤੁਸੀਂ ਉਹ ਯਕਦਮ ਹੀ ਜਿਵੇਂ ਦੇ ਹੈਗੇ ਆ, ਜਿਵੇਂ ਦੇ ਤੁਸੀਂ ਉਹ ਹੈਗੇ ਸੀਗੇ ਦੁਕਾਨਾਂ ਹੈ, ਉਹ ਬਿਲਕੁਲ ਬਲਡੋਜ਼ਰ ਨਾਲ ਚਲਾਏ ਜਾਣ, ਬੰਦ ਕਰ ਦਿੱਤਾ ਜਾਵੇ। ਪਰ ਹੈਰਾਨੀ ਗੱਲ ਇਹ ਹੋਈ ਕਿ MCD ਦੇ 400 ਦੇ ਕਰੀਬ ਮੁਲਾਜ਼ਮ ਉੱਥੇ ਪਹੁੰਚੇ ਸੀਗੇ, ਪੁਲਿਸ ਬਹੁਤ ਸੀ ਨਾਲ, ਉਹਨਾਂ ਨੇ ਢਾਉਣਾ ਜਾਰੀ ਰੱਖਿਆ ਉਹ ਜਿਹੜੀ ਦੁਕਾਨਾਂ ਸੀਗੀ। ਫਿਰ ਗਿਆ ਅਪੀਲ ਕਰਤਾ ਉੱਥੇ ਜੀ, ਉਹ ਢਾਉਣ ਲੱਗ ਰਹੇ ਨੇ, ਫਿਰ ਉਹਨਾਂ ਨੇ ਸੁਣਵਾਈ ਕਰਕੇ 12:45 ਤੇ ਫਿਰ ਆਪਣਾ ਆਰਡਰ ਕੀਤੇ ਕਿ ਯਕਦਮ ਹੀ ਤੁਸੀਂ ਇਹ ਹੁਣੇ ਤੁਸੀਂ ਉਹਨੂੰ ਰੋਕੋ, ਤੇ ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ ਕੋਈ ਨਾ ਕੋਈ ਤੁਹਾਡੇ ਉੱਪਰ। ਤਾਂ ਉਹਨਾਂ ਨੇ ਫਿਰ ਰੋਕੀ। ਪਹਿਲਾਂ ਕੀ ਹੁੰਦਾ ਸੀ ਅਰਜੀ ਕਿ ਪਹਿਲਾਂ ਨਾ ਸਰਟੀਫਾਈਡ ਆਰਡਰ ਦੇਣੇ ਪੈਂਦੇ ਸੀਗੇ ਮਾਨਯੋਗ ਅਦਾਲਤਾਂ ਨੂੰ, ਪਹਿਲਾਂ ਏਦਾਂ ਹੁੰਦਾ ਸੀਗਾ, ਸਰਟੀਫਾਈਡ ਆਰਡਰ ਦੇਖ ਕੇ ਹੀ ਕੰਮ ਰੁਕਦਾ ਸੀਗਾ, ਹੁਣ ਆਨਲਾਈਨ ਆਰਡਰਾਂ ਤੇ ਵੀ ਮਾਨਤਾ ਦੇ ਦਿੱਤੀ ਗਈ ਆ। ਆਨਲਾਈਨ ਆਰਡਰ ਪਹੁੰਚ ਚੁੱਕੇ ਸੀਗੇ MCD ਨੂੰ, ਪਰ MCD ਨੇ ਵਿਸਲਾਪਣ ਕੀਤਾ, ਇਸ ਕਰਕੇ ਕੋਈ ਦੁਕਾਨਾਂ ਢਾਹਤੀਆਂ ਨਹੀਂ, ਤੇ ਮਾਨਯੋਗ ਸੁਪਰੀਮ ਕੋਰਟ ਦੀ ਪਰਵਾਹ ਨਹੀਂ ਕੀਤੀ, ਪਰ 12:45 ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਜੀ। ਰਹਿ ਗਏ ਸਾਡੇ ਕੋਲ ਸਿਰਫ 3-4 ਮਿੰਟ ਹੀ, ਕਾਲਜ ਨੂੰ ਬੇਨਤੀ ਕਿ ਸਵਾਲ ਫਟਾਫਟ ਕੀਤਾ ਜਾਵੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਗੱਲ ਕਰਦਾ ਜੇ ਪੰਜਾਬੀ ਸੂਬਾ ਨਾ ਬਣਦਾ, ਪੰਜਾਬ ਹਰਿਆਣੇ ਇਕੱਠੇ ਹੀ ਹੁੰਦੇ, ਫਿਰ ਵੀ ਤਾਂ ਪਾਣੀ ਦੇਣਾ ਹੀ ਸੀਗਾ, ਤੇ ਜੇ ਹੁਣ ਵੰਡ ਕੇ ਕੀ ਫਰਕ ਹੈ, ਕਿਸਾਨ ਭਰਾ ਉਧਰ ਵੀ ਰਹਿੰਦਾ ਹੀ ਆ, ਇਹਦੇ ਬਾਰੇ ਦੱਸਿਓ ਜੀ। ਬਹੁਤ ਬਹੁਤ ਧੰਨਵਾਦ। ਜਮਨਾ ਨਾਲ ਸੀ ਜੀ, ਜਮਨਾ ਆਪਣੇ ਨਾਲ ਸੀ, ਜਮਨਾ ਪਾਣੀ ਪਹਿਲਾਂ ਸਾਰੇ ਇਕੱਠੇ ਵਰਤਦੇ, ਜੇਕਰ ਪੰਜਾਬ ਹਰਿਆਣਾ ਇਕੱਠਾ ਹੁੰਦਾ ਨੀ, ਪਰ ਜਮਨਾ ਵੀ ਆਪਣੀ ਹੋਣੀ ਸੀ ਨਾ ਜੀ, ਫਿਰ ਫਿਰ ਥੋੜਾ ਹੁਣ ਆਪਣਾ ਜਮਨਾ ਉੱਧਰ ਜਾਣੀ ਸੀ ਜੀ, ਫਿਰ ਤਾਂ ਆਪਾਂ ਪਾਣੀ ਜਮਨਾ ਵੀ ਆਪਾਂ ਵਰਤਣਾ ਸੀਗਾ ਜੀ, ਫਿਰ ਤਾਂ ਹੋਰ ਬਹੁਤ ਸਾਰੇ ਦਰਿਆ ਹੈਗੇ, ਪਹਾੜਾਂ ਚ ਨਿਕਲੇ ਹਰਿਆਣੇ ਚ ਰਹਿੰਦੇ ਆ ਜੀ, ਹਰਿਆਣੇ ਵਿੱਚ ਪਹਾੜਾ ਮਾਰਕੰਡਾ ਹੁੰਦਾ ਜੀ, ਬੜੇ ਬੜੇ ਦਰਿਆ ਹੈਗੇ ਨੇ ਜੀ ਆਪਣਾ, ਜਿਹੜੇ ਕਿ ਹਰਿਆਣੇ ਵਿੱਚ ਪਹਾੜਾਂ ਚੋਂ ਨਿਕਲਦੇ ਆ ਜੀ, ਉਹ ਵੀ ਫਿਰ ਆਪਣੇ ਹੁੰਦੇ ਜੀ, ਠੀਕ ਹੈ ਨਾ ਜੀ। ਫਿਰ ਉਹ ਇੱਕ ਗੱਲ ਨੀ ਹੁੰਦੀ, ਸਾਰੇ ਪਾਸੇ ਪੁਣ ਦੇਖਣਾ ਪੈਣਾ ਜੀ, ਜੇਕਰ ਹੁਣ ਇਹੀ ਤਾਂ ਡਿਮਾਂਡ ਆ ਜੀ, ਇਹੀ ਤਾਂ ਪੰਗਾ ਪੈ ਰਿਹਾ ਜੀ ਇਸ ਟਾਈਮ, ਜਿਹੜੀ ਜੇਕਰ ਸਾਡੇ ਵਾਲੇ ਤਾਂ ਪਾਣੀ ਮੰਗੀ ਜਾਂਦੇ ਆ, ਪਰ ਜਿਹੜੀ ਜਮਨਾ ਦਾ ਪਾਣੀ ਜਾ ਰਿਹਾ ਉਹ ਸਾਨੂੰ ਕਿਹੜੇ ਨੂੰ ਦਿੰਦੇ ਜੀ, ਜੀ ਉਹ ਵੀ ਸਾਨੂੰ ਸਾਡੇ ਨਾਲ ਵੰਡੋ। ਪੰਜਾਬ ਦੇ ਪਾਣੀਆਂ ਦਾ ਝਗੜਾ ਇਹੀ ਹੈ ਨਾ ਜੀ, ਹੁਣ ਰਿਪੇਰੀਅਨ ਲਾ ਅਨੁਸਾਰ ਨਾ, ਰਿਪੇਰੀਅਨ ਲਾ ਅਨੁਸਾਰ ਉਹ ਕਹਿੰਦਾ ਜਿਹੜੇ ਸੂਬੇ ਦੀ ਪਾਣੀ ਹੜ ਜਿਹੜੇ ਹੈਗੇ ਆ ਫਲੱਡ ਆਉਂਦੇ ਆ, ਜਿਹੜੇ ਸੂਬੇ ਦਾ ਨੁਕਸਾਨ ਕਰਦੇ ਆ, ਪਾਣੀਆਂ ਤੇ ਵੀ ਉਸ ਸੂਬੇ ਦਾ ਹੱਕ ਹੈਗਾ, ਰਿਪੇਰੀਅਨ ਲਾ ਅਨੁਸਾਰ ਬਿਲਕੁਲ ਹੱਕ ਹੈਗਾ, ਕਿਉਂਕਿ ਉਹ ਜਮਨਾ ਦਾ ਪਾਣੀ ਲੈ ਰਿਹਾ ਹਰਿਆਣਾ ਉੱਧਰ, ਤੇ ਇੱਧਰ ਦਿੱਲੀ ਵੀ ਜ਼ਿਆਦਾ ਪਾਣੀ ਨਾਲੇ ਜਮਨਾ ਦਾ ਨਾਲੇ ਹਰਿਆਣੇ ਦੇ ਵਿੱਚ, ਅਸਲ ਵਿੱਚ ਇਸੇ ਸੰਦਰਭ ਦੇ ਵਿੱਚ ਰੌਲਾ ਪਿਆ ਹੈ ਨਾ ਜੀ, ਇਹ ਪੰਜਾਬ ਤਾਂ ਹੀ ਕਹਿੰਦਾ ਸਾਡਾ ਪਾਣੀ ਤੁਸੀਂ ਨਾ ਲੈ ਕੇ ਜਾਓ ਜੀ।
ਅਕੀਦਾ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਣਗੇ ਤੇ ਅੰਕੜੇ ਲੈ ਕੇ ਆਇਓ ਬਿਲਕੁਲ ਜੀ ਮੈਂ ਬੇਨਤੀ ਕਰਦਾ ਜਿਹੜੇ ਵੀਰ ਆਪਣਾ ਆਇਆ ਸੀਗਾ ਉਹ ਕਿਰਪਾ ਕਰਕੇ ਕਾਲ ਕਰ ਲਵੇ ਸਾਨੂੰ ਤੇ ਉਹਨਾਂ ਨੂੰ ਆਪਾਂ ਦੱਸ ਦਾਂਗੇ ਜੀ ਆਰਐਸਐਸ ਕਦੋਂ ਕਦੋਂ ਬੈਨ ਹੋਈ ਸੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਮੇਰਾ ਵੀਰ ਥੈਂਕ ਯੂ ਸੋ ਮਚ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ